ਦੋ ਟਰੱਕਾਂ ਦੀ ਹੋਈ ਆਮੋ ਸਾਹਮਣੇ ਟੱਕਰ ਦੇ ਵਿੱਚ ਇੱਕ ਚਾਲਕ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਚਾਲਕ ਜਿਸ ਦੀ ਮੌਤ ਹੋਈ ਹੈ ਉਸਦੀਆਂ ਦੋਵੇਂ ਬਾਹਾਂ ਵੀ ਐਕਸੀਡੈਂਟ ਦੇ ਵਿੱਚ ਸਰੀਰ ਦੇ ਨਾਲੋਂ ਵੱਖ ਹੋ ਗਈਆਂ ਸੀ। ਕਿਹਾ ਜਾ ਰਿਹਾ ਕਿ ਕੈਬਿਨ ਨੂੰ ਕੱਟ ਕੇ ਉਸਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਤਾਂ ਭਿਆਨਕ ਸੜਕ ਹਾਦਸਾ ਸੰਗਰੂਰ ਦੇ ਵਿੱਚ ਵਾਪਰਿਆ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਟਰੱਕ ਨੇ ਦੂਸਰੇ ਜੋ ਟਰੱਕ ਨੂੰ ਟੱਕਰ ਮਾਰ ਦਿੱਤੀ। ਟੱਕਰ ਆਮੋ ਸਾਹਮਣੇ ਦੀ ਸੀ ਜਿਸ ਦੇ ਵਿੱਚ ਇੱਕ ਚਾਲਕ ਜੋ ਹੈ ਬੁਰੇ ਤਰੀਕੇ ਦੇ ਨਾਲ ਵਿੱਚ ਫਸ ਜਾਂਦਾ ਹੈ। ਹਾਲਾਂਕਿ ਉਸ ਨੂੰ ਜੋ ਹੈ ਬਚਾ ਲਿਆ ਗਿਆ, ਪਰ ਇੱਕ ਚਾਲਕ ਜੋ ਹੈ ਉਸਦੀਆਂ ਬਾਹਾਂ ਅਤੇ ਲੱਤਾਂ ਦੋਵੇਂ ਹੀ ਵੱਢੀਆਂ ਜਾਂਦੀਆਂ ਨੇ ਜਿਸ ਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਭਿਆਨਕ ਸੜਕ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜੋ ਕੈਬਿਨ ਸੀ ਇੱਕ ਟਰੱਕ ਦਾ ਉਹ ਬਿਲਕੁਲ ਹੀ ਚਿੱਬਾ ਹੋ ਜਾਂਦਾ, ਜਿਸ ਦੇ ਵਿੱਚ ਚਾਲਕ ਬੁਰੇ ਤਰੀਕੇ ਦੇ ਨਾਲ ਫਸ ਜਾਂਦਾ ਅਤੇ ਕੈਬਿਨ ਨੂੰ ਕੱਟ ਕੇ ਉਸਦੇ ਵਿੱਚੋਂ ਉਸਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ। ਦੇਰ ਰਾਤ ਇਹ ਸੰਗਰੂਰ ਧੂਰੀ ਹਾਈਵੇ ਦੇ ਉੱਤੇ ਦੱਸਿਆ ਜਾ ਰਿਹਾ ਕਿ ਹਾਦਸਾ ਵਾਪਰਿਆ ਜਦੋਂ ਇੱਕ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਇੱਕ ਸਾਹਮਣੇ ਤੋਂ ਹੀ ਆ ਰਹੇ ਦੂਸਰੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਇੱਕ ਚਾਲਕ ਦੀ ਮੌਤ ਹੋ ਗਈ। ਫਿਲਹਾਲ ਮੌਕੇ 'ਤੇ ਪੁਲਿਸ ਹੁਣ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਸੰਗਰੂਰ ਧੂਰੀ ਨੈਸ਼ਨਲ ਹਾਈਵੇ ਦੇ ਉੱਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਦੋ ਟਰੱਕਾਂ ਦੀ ਹੋਈ ਆਮੋ ਸਾਹਮਣੇ ਟੱਕਰ ਦੇ ਵਿੱਚ ਇੱਕ ਚਾਲਕ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਚਾਲਕ ਜਿਸ ਦੀ ਮੌਤ ਹੋਈ ਹੈ ਉਸਦੀਆਂ ਦੋਵੇਂ ਬਾਹਾਂ ਵੀ ਐਕਸੀਡੈਂਟ ਦੇ ਵਿੱਚ ਸਰੀਰ ਦੇ ਨਾਲੋਂ ਵੱਖ ਹੋ ਗਈਆਂ ਸੀ। ਕਿਹਾ ਜਾ ਰਿਹਾ ਕਿ ਕੈਬਿਨ ਨੂੰ ਕੱਟ ਕੇ ਉਸਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਤਾਂ ਭਿਆਨਕ ਸੜਕ ਹਾਦਸਾ ਸੰਗਰੂਰ ਦੇ ਵਿੱਚ ਵਾਪਰਿਆ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਟਰੱਕ ਨੇ ਦੂਸਰੇ ਜੋ ਟਰੱਕ ਨੂੰ ਟੱਕਰ ਮਾਰ ਦਿੱਤੀ। ਟੱਕਰ ਆਮੋ ਸਾਹਮਣੇ ਦੀ ਸੀ ਜਿਸ ਦੇ ਵਿੱਚ ਇੱਕ ਚਾਲਕ ਜੋ ਹੈ ਬੁਰੇ ਤਰੀਕੇ ਦੇ ਨਾਲ ਵਿੱਚ ਫਸ ਜਾਂਦਾ ਹੈ। ਹਾਲਾਂਕਿ ਉਸ ਨੂੰ ਜੋ ਹੈ ਬਚਾ ਲਿਆ ਗਿਆ, ਪਰ ਇੱਕ ਚਾਲਕ ਜੋ ਹੈ ਉਸਦੀਆਂ ਬਾਹਾਂ ਅਤੇ ਲੱਤਾਂ ਦੋਵੇਂ ਹੀ ਵੱਢੀਆਂ ਜਾਂਦੀਆਂ ਨੇ ਜਿਸ ਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਭਿਆਨਕ ਸੜਕ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜੋ ਕੈਬਿਨ ਸੀ ਇੱਕ ਟਰੱਕ ਦਾ ਉਹ ਬਿਲਕੁਲ ਹੀ ਚਿੱਬਾ ਹੋ ਜਾਂਦਾ, ਜਿਸ ਦੇ ਵਿੱਚ ਚਾਲਕ ਬੁਰੇ ਤਰੀਕੇ ਦੇ ਨਾਲ ਫਸ ਜਾਂਦਾ ਅਤੇ ਕੈਬਿਨ ਨੂੰ ਕੱਟ ਕੇ ਉਸਦੇ ਵਿੱਚੋਂ ਉਸਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ। ਦੇਰ ਰਾਤ ਇਹ ਸੰਗਰੂਰ ਧੂਰੀ ਹਾਈਵੇ ਦੇ ਉੱਤੇ ਦੱਸਿਆ ਜਾ ਰਿਹਾ ਕਿ ਹਾਦਸਾ ਵਾਪਰਿਆ ਜਦੋਂ ਇੱਕ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਇੱਕ ਸਾਹਮਣੇ ਤੋਂ ਹੀ ਆ ਰਹੇ ਦੂਸਰੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਇੱਕ ਚਾਲਕ ਦੀ ਮੌਤ ਹੋ ਗਈ। ਫਿਲਹਾਲ ਮੌਕੇ 'ਤੇ ਪੁਲਿਸ ਹੁਣ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਸੰਗਰੂਰ ਧੂਰੀ ਨੈਸ਼ਨਲ ਹਾਈਵੇ ਦੇ ਉੱਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਦੋ ਟਰੱਕਾਂ ਦੀ ਹੋਈ ਆਮੋ ਸਾਹਮਣੇ ਟੱਕਰ ਦੇ ਵਿੱਚ ਇੱਕ ਚਾਲਕ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਚਾਲਕ ਜਿਸ ਦੀ ਮੌਤ ਹੋਈ ਹੈ ਉਸਦੀਆਂ ਦੋਵੇਂ ਬਾਹਾਂ ਵੀ ਐਕਸੀਡੈਂਟ ਦੇ ਵਿੱਚ ਸਰੀਰ ਦੇ ਨਾਲੋਂ ਵੱਖ ਹੋ ਗਈਆਂ ਸੀ। ਕਿਹਾ ਜਾ ਰਿਹਾ ਕਿ ਕੈਬਿਨ ਨੂੰ ਕੱਟ ਕੇ ਉਸਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਤਾਂ ਭਿਆਨਕ ਸੜਕ ਹਾਦਸਾ ਸੰਗਰੂਰ ਦੇ ਵਿੱਚ ਵਾਪਰਿਆ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਟਰੱਕ ਨੇ ਦੂਸਰੇ ਜੋ ਟਰੱਕ ਨੂੰ ਟੱਕਰ ਮਾਰ ਦਿੱਤੀ। ਟੱਕਰ ਆਮੋ ਸਾਹਮਣੇ ਦੀ ਸੀ ਜਿਸ ਦੇ ਵਿੱਚ ਇੱਕ ਚਾਲਕ ਜੋ ਹੈ ਬੁਰੇ ਤਰੀਕੇ ਦੇ ਨਾਲ ਵਿੱਚ ਫਸ ਜਾਂਦਾ ਹੈ। ਹਾਲਾਂਕਿ ਉਸ ਨੂੰ ਜੋ ਹੈ ਬਚਾ ਲਿਆ ਗਿਆ, ਪਰ ਇੱਕ ਚਾਲਕ ਜੋ ਹੈ ਉਸਦੀਆਂ ਬਾਹਾਂ ਅਤੇ ਲੱਤਾਂ ਦੋਵੇਂ ਹੀ ਵੱਢੀਆਂ ਜਾਂਦੀਆਂ ਨੇ ਜਿਸ ਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਭਿਆਨਕ ਸੜਕ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜੋ ਕੈਬਿਨ ਸੀ ਇੱਕ ਟਰੱਕ ਦਾ ਉਹ ਬਿਲਕੁਲ ਹੀ ਚਿੱਬਾ ਹੋ ਜਾਂਦਾ, ਜਿਸ ਦੇ ਵਿੱਚ ਚਾਲਕ ਬੁਰੇ ਤਰੀਕੇ ਦੇ ਨਾਲ ਫਸ ਜਾਂਦਾ ਅਤੇ ਕੈਬਿਨ ਨੂੰ ਕੱਟ ਕੇ ਉਸਦੇ ਵਿੱਚੋਂ ਉਸਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ। ਦੇਰ ਰਾਤ ਇਹ ਸੰਗਰੂਰ ਧੂਰੀ ਹਾਈਵੇ ਦੇ ਉੱਤੇ ਦੱਸਿਆ ਜਾ ਰਿਹਾ ਕਿ ਹਾਦਸਾ ਵਾਪਰਿਆ ਜਦੋਂ ਇੱਕ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਇੱਕ ਸਾਹਮਣੇ ਤੋਂ ਹੀ ਆ ਰਹੇ ਦੂਸਰੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਇੱਕ ਚਾਲਕ ਦੀ ਮੌਤ ਹੋ ਗਈ। ਫਿਲਹਾਲ ਮੌਕੇ 'ਤੇ ਪੁਲਿਸ ਹੁਣ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਸੰਗਰੂਰ ਧੂਰੀ ਨੈਸ਼ਨਲ ਹਾਈਵੇ ਦੇ ਉੱਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ।